ਪੰਜਾਬ ਵਿੱਚ ਹੋ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਵੇਖਦੇ ਹੋਏ ਇੱਕ ਪੰਥਕ ਅਸੈਂਬਲੀ ਬਣਾਈ ਗਈ ਜਿਸ ਵਿੱਚ ਅਕਾਲ ਪੁਰਖ ਦੀ ਫੌਜ, ਪੰਜ ਪਿਆਰੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਨਾਲ ਬੁੱਧੀਜੀਵੀ ਵੀ ਲਏ ਗਏ। ਇਸ ਮੌਕੇ ਸੁਖਦੇਵ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਵੇਖਦੇ ਹੋਏ ਇਹ ਸੰਗਠਨ ਬਣਾਇਆ ਗਿਆ ਹੈ। ਅਸਲ 'ਚ ਨਾ ਜੀ, ਇਹ ਲੋਕਾਂ ਦੀ ਇੱਕ ਲੋੜ ਸੀ ਕਿ ਸਾਰੇ ਜਣੇ ਇਕੱਠੇ ਹੋ ਕੇ ਬੈਠੀਏ, ਪੰਥ ਦਾ ਇੰਟੈਲੀਜੈਂਸ ਜਾਂ ਪੰਥ ਦੀਆਂ ਵੱਖ ਵੱਖ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਨੁਮਾਇੰਦੇ ਉਹ ਇਕੱਠੇ ਬਹਿਣ ਅਤੇ ਪੰਥ ਨਾਲ ਜੋ ਵਾਪਰ ਰਿਹਾ, ਅਸੀਂ ਇਹ ਲੜਾਈ ਸੜਕਾਂ 'ਤੇ ਨਹੀਂ ਲੜੀ ਜਾ ਸਕਦੀ ਕਿ ਪੁਤਲੇ ਫੂਕ ਲਓ, ਪੱਗਾਂ ਲਾ ਲਓ, ਕੁਰਬਾਨਾਂ 'ਚ ਲਾ ਲਓ। ਡੈਫੀਨੇਟਲੀ ਸਾਨੂੰ ਇੱਕ ਡਿਬੇਟ ਕਰਨਾ ਪਏਗਾ, ਇੱਕ ਰਿਜ਼ੋਲਵ ਕਰਨਾ ਪਏਗਾ ਕਿ ਅਸੀਂ ਚਾਹੁੰਦੇ ਕੀ ਹਾਂ ਅਤੇ ਡਾਇਰੈਕਸ਼ਨ ਕੀ ਆ। ਉਹਦੇ ਲਈ ਅਸੀਂ ਇਹ ਸੋਚਿਆ ਕਿ ਅਸੀਂ ਜਿਹੜੇ ਅੱਜ ਬੈਠੇ ਹਾਂ ਕਿ ਇੱਕ ਪੰਥਕ ਅਸੈਂਬਲੀ ਜਿਹੜੀ ਹੈ ਉਹ ਕਾਲ ਕੀਤੀ ਜਾਏ, ਜਿਹਦੇ 'ਚ ਵੱਖ ਵੱਖ ਲੋਕਾਂ ਨੂੰ ਮੌਕਾ ਦਿੱਤਾ ਜਾਏਗਾ। ਕਿਉਂਕਿ ਸਾਡੀ ਜਿਹੜੀਆਂ ਪ੍ਰਾਈਮ ਇੰਸਟੀਟਿਊਸ਼ਨ ਸੀਗੀਆਂ ਜਿਹੜੀਆਂ ਸਿੱਖਾਂ ਦੀਆਂ, ਉਹ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਉਹ ਲੋਕਾਂ ਦੀ ਸਿੱਖਾਂ ਦੀ ਗੱਲ ਨੂੰ ਰਿਪ੍ਰਜੈਂਟ ਕਰਨ ਦੀ ਉਹ ਜਿਹੜੀ ਉਹਨਾਂ ਕੋਲ ਇੱਕ ਸੀਗਾ, ਉਹ ਕਰਦੇ ਸੀ, ਉਹ ਖਤਮ ਹੋ ਗਈ ਹੈ, ਉਹ ਨਹੀਂ ਕਰ ਰਹੇ। ਉਹਦੇ ਨਾਲ ਇੱਕ ਖਲਾਅ ਪੈਦਾ ਹੋ ਗਿਆ, ਉਹ ਖਲਾਅ ਕਰਕੇ ਜਿਹੜਾ ਉਹ ਦੂਰੀ ਜਿਹੜੀ ਹੈ ਉਹ ਆਪਸ 'ਚ ਸਿੱਖ ਲੜ ਰਹੇ ਨੇ। ਅਤੇ ਅਸੀਂ ਚਾਹੁੰਦੇ ਏਮ ਆ ਕਿ ਅਸੀਂ ਇਕੱਠੇ ਬਹੀਏ, ਉਹਦੇ 'ਚ ਇਸ਼ੂਜ਼ ਲਈਏ। ਪਹਿਲਾ ਜਿਹੜੀ ਸਾਡੀ ਅਸੈਂਬਲੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੈ ਉਹਦੇ ਕੀ ਕਾਰਨ ਨੇ, ਉਹਦੇ 'ਚ ਜਥੇਦਾਰ ਦਾ ਕੀ ਰੋਲ ਸੀ, ਉਹਦੇ 'ਚ ਸ਼੍ਰੋਮਣੀ ਕਮੇਟੀ ਨੇ ਕੀ ਰੋਲ ਪਲੇ ਕੀਤਾ, ਉਹਦੇ 'ਚ ਸਰਕਾਰ ਨੇ ਕੀ ਰੋਲ ਪਲੇ ਕੀਤਾ, ਸ਼੍ਰੋਮਣੀ ਅਕਾਲੀ ਦਲ ਨੇ ਕੀ ਰੋਲ ਪਲੇ ਕੀਤਾ, ਕੁਆ ਜਿਹਨਾਂ ਨਾਲ ਉਹ ਸੰਬੰਧਿਤ ਹੈ ਉਹਨੂੰ ਡਿਸਕਸ ਕੀਤਾ ਜਾਏ, ਬਰਾਡਰ ਵਿਜ਼ਨ 'ਚ ਡਿਸਕਸ ਕੀਤਾ ਜਾਏ ਅਤੇ ਇੱਕ ਲੋਕ ਲਹਿਰ ਜਿਹੜੀ ਆ ਉਹ ਸਿਰਜੀ ਜਾਏ। ਨਹੀਂ, ਇਹ ਫੇਜ਼ ਬਾਈ ਚੱਲੇਗਾ। ਸਭ ਤੋਂ ਪਹਿਲਾਂ ਅਸੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਹੁਤ ਦਰਦਨਾਕ ਇਸ਼ੂ ਹੈ ਜਿਹਦੇ ਵਿੱਚ ਸਰਕਾਰਾਂ ਨੇ ਕੌਮ ਨੂੰ ਇਨਸਾਫ਼ ਨਹੀਂ ਦਿੱਤਾ, ਔਰ ਜਥੇਦਾਰ ਸਾਹਿਬਾਨਾਂ ਦਾ ਜੋ ਰੋਲ ਬਣਦਾ ਸੀ ਤਖ਼ਤ ਸਾਹਿਬਾਨਾਂ ਦਾ, ਉਹਨਾਂ ਨੇ ਆਪਣਾ ਰੋਲ ਅਦਾ ਨਹੀਂ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਪ੍ਰਤੀਨਿਧ ਸੰਸਥਾ ਤਾਂ ਕਹਾਉਂਦੀ ਹੈ, ਪਰੰਤੂ ਇਸ ਇਸ਼ੂ ਦੇ ਉੱਤੇ ਆ ਕੇ ਉਹ ਵੀ ਰਾਜਨੀਤਿਕ ਲੋਕਾਂ ਦੀ ਪਿਛਲਗ ਬਣ ਗਈ, ਜਿਹਦੇ ਨਾਲ ਇੱਕ ਖਲਾਅ ਪੈਦਾ ਹੋ ਗਿਆ। ਔਰ ਸਮੇਂ ਦੇ ਲਿਹਾਜ਼ ਨਾਲ ਪੰਜਾਬ ਦੀ ਸਿੱਖ ਜਨਤਾ ਔਰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਇਸ ਤਰ੍ਹਾਂ ਲੱਗਣ ਲੱਗ ਪਿਆ ਵੀ ਪਤਾ ਨਹੀਂ ਸਾਨੂੰ ਇਨਸਾਫ਼ ਮਿਲਣਾ ਹੀ ਨਹੀਂ ਕਦੇ ਵੀ, ਨਾ ਹਕੂਮਤਾਂ ਦੇ ਰਹੀਆਂ, ਨਾ ਸਾਡੀਆਂ ਸੰਸਥਾਵਾਂ ਕੁਛ ਕਰ ਰਹੀਆਂ। ਇਸ ਸਾਰੇ ਜਿਹੜਾ ਖਲਾਅ ਪੈਦਾ ਹੋਇਆ ਉਹਨੂੰ ਖਤਮ ਕਰਨ ਦੇ ਲਈ ਅਸੀਂ ਸਿੱਖ ਬੁੱਧੀਜੀਵੀ, ਸਿੱਖ ਸਿਆਣੇ ਬੰਦਿਆਂ ਦੀ ਇੱਕ ਇਹ ਪਹਿਲੀ ਮੀਟਿੰਗ ਕਰਨ ਜਾਵਾਂਗੇ ਪੰਜਾਬ ਅਸੈਂਬਲੀ, ਜਿਹਦੇ ਵਿੱਚ ਇਹ ਸਾਰੇ ਮਸਲੇ ਨੂੰ ਵਿਚਾਰਿਆ ਜਾਏਗਾ ਔਰ ਇਹਦੇ ਹੱਲਾਂ ਬਾਰੇ ਸੋਚਿਆ ਜਾਏਗਾ। ਅਜੇ ਇਹ ਪਹਿਲਾ ਇੱਕ ਇਸ਼ੂ ਹੋਏਗਾ ਜਿਹੜਾ ਬੇਅਦਬੀ ਦਾ 20-21 ਅਕਤੂਬਰ ਨੂੰ, ਅਤੇ ਇਸ ਤੋਂ ਬਾਅਦ ਜਿਹੜੇ ਹੋਰ ਪੰਥਕ ਇਸ਼ੂ ਆ ਵੱਖ ਵੱਖ ਸਮੇਂ 'ਤੇ ਵੱਖ ਵੱਖ ਅਸੈਂਬਲੀਆਂ 'ਚ ਵਿਚਾਰੇ ਜਾਣ। ਅਸੀਂ ਡਿਸਕਸ ਕਰਾਂਗੇ ਤਿੰਨੇ ਰਿਪੋਰਟਾਂ, ਜਸਟਿਸ ਕਾਟਜੂ ਦੀ, ਜਸਟਿਸ ਜੋਰਾ ਸਿੰਘ ਦੀ ਔਰ ਜਸਟਿਸ ਰਣਜੀਤ ਸਿੰਘ ਦੀ, ਪਲੱਸ ਸਰਕਾਰ ਵੱਲੋਂ ਚਲਾਇਆ ਹੋਇਆ ਲਾਈਵ ਜਿਹੜਾ ਉੱਥੇ ਹਾਊਸ ਦਾ ਸ਼ੋਅ ਸੀ ਉਹਨੂੰ ਵੀ ਡਿਸਕਸ ਕਰਾਂਗੇ। ਅਸੀਂ ਪਬਲਿਕ ਨੂੰ ਵੀ ਦਿਆਂਗੇ, ਪਬਲਿਕ ਦੇ ਵਿੱਚ ਜਿਹੜੀਆਂ ਫਾਈਂਡਿੰਗ ਆਉਣਗੀਆਂ ਅਸੀਂ ਡਿਸਟ੍ਰਿਕਟ ਵਾਈਜ਼ ਜਾ ਕੇ ਉਹਨੂੰ ਪ੍ਰੋਪੀਗੇਟ ਕਰਾਂਗੇ, ਲੋਕਾਂ ਨੂੰ ਤਿਆਰ ਕਰਾਂਗੇ, ਹਕੂਮਤ ਨੂੰ ਵੀ ਦਿਆਂਗੇ। ਜੇ ਨਾ ਅਸਰ ਹੋਇਆ ਤਾਂ ਫਿਰ ਅਗਲਾ ਪ੍ਰੋਗਰਾਮ ਲਈ। ਅਜੇ ਸਭ ਤੋਂ ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਸ਼ੂ ਵਿਚਾਰਾਂਗੇ, ਪੰਥਕ ਸੰਸਥਾਵਾਂ ਦਾ ਰੋਲ ਵਿਚਾਰਾਂਗੇ, ਉਸ ਤੋਂ ਬਾਅਦ ਫਿਰ ਬਾਕੀ ਮਸਲੇ ਦੇਖਾਂਗੇ।